ਸਰ ਉਹਦਾ ਮਸਲਾ ਹੈ ਭਨੇ ਇਹਦੀ ਆਇਲ ਚ ਲੀਕ ਹੁੰਦੀ ਰਹੀ ਹੈ ਤੇਲ ਨਿਕਲਦਾ ਰਹੇ ਇਹ ਉੱਪਰ ਪੰਜਵੇਂ ਦੀਆਂ ਗਰਾਰੀਆਂ ਹੁੰਦੀਆਂ ਜਲ ਗਈਆਂ ਹੈ ਕੰਪਾਸ ਇਹ ਜਲ ਗਈ ਹੈ ਗਰਾਰੀਆਂ ਖੁਸ਼ਕ ਚੱਲ ਗਈਆਂ ਹੈ ਜਦੋਂ ਚੀਜ਼ ਖੁਸ਼ਕ ਚੱਲ ਜਾਂਦੀ ਤੇਲ ਨਾ ਹੋਣ ਦੀ ਵਜ੍ਹਾ ਤੋਂ ਫਿਰ ਉਹ ਦੁਬਾਰਾ ਯੂਜ਼ ਨਹੀਂ ਹੋ ਸਕਦਾ ਓਕੇ ਇਹ ਤੇਲ ਕਹਾਂ ਸੀ ਲੀਕ ਹੋਇਆ ਤੇਲ ਐਕਸਲ ਵਾਲੀ ਸੀ ਲੀਕ ਹੋ ਰਹੀ ਸੀ ਤੇ ਤੇਲ ਨਿਕਲ ਜਾਂਦਾ ਸਾਰਾ ਠੀਕ ਹੈ ਜਦੋਂ ਗਾੜੀ ਚੱਲਦੀ ਸਪੀਡ ਨਾਲ ਤੇਲ ਪ੍ਰੈਸ਼ਰ ਨਾਲ ਸਾਰਾ ਬਾਹਰ ਆ ਜਾਂਦਾ ਉਹ ਇਹਦੀਆਂ ਨਹੀਂ ਹੈ ਇਹ ਗਰਾਰੀਆਂ ਵੀ ਖੁਸ਼ਕ ਚੱਲੀਆਂ ਹੈ ਠੀਕ ਹੈ ਬਿਲਕੁਲ ਨਾ ਖੁਸ਼ਕ ਚੱਲੀਆਂ ਹੈ ਇਹ ਫੋੜਕ ਨੇ ਸਹੀ ਅਗੇਰ ਆਵਾਜ਼ ਕਰਕੇ ਲੱਗਣ ਦੀ ਵਜ੍ਹਾ ਹੈ ਦੂਸਰੀ ਕਾਊਂਟਰ ਹੈ ਇਹ ਵੀ ਖੁਸ਼ਕ ਚੱਲੀ ਸਹੀ ਹੁਣ ਇਹ ਮੁਕੰਮਲ ਕਿੱਟ ਅੰਦਰ ਦੀ ਨਵੀਂ ਪਏਗੀ ਠੀਕ ਹੈ ਪਹਿਲੇ ਕਿਸੇ ਨੇ ਦੂਸਰਾ ਗੇਅਰ ਰਿਪੇਅਰ ਕੀਤਾ ਟੂਲ ਲਗਾ ਕੇ ਨਾ हां हां दूसरा गियर पेयर होया है सही पहले भी गियर खुल चुके आए ठीक है सेकंड टाइम खुलया पहले दी गरारी ठीक है दूसरी नु टूल लगा है पर खुशक चलन तो बाद गियर नहीं चल खुशक चलन तो बाद आवाज आंदी रहंदी है जी गियर इस्तेमाल नहीं होता सही ए खुशक चलन दी वजह तो है हां जी बेहतर है कि एदा गियर जेड़ा है ना ਉਹ ਬਹੁਤ ਮਹਿੰਗਾ ਹੈ ਅੰਦਰ ਦੀ ਕਿੱਟ ਅਸੀਂ ਚੇਂਜ ਕਰ ਦੇਵਾਂਗੇ ਇਹ ਵਾਲੀ ਕਿੱਟ ਨਹੀਂ ਚੇਂਜ ਹੋ ਜਾਏਗੀ ਜਿਹੜੇ ਗੇਅਰ ਦੇ ਟਾਪੇ ਨੇ ਉਹ ਇਹੀ ਪੁਰਾਣੇ ਚੱਲਣਗੇ ਹਾਂਜੀ ਠੀਕ ਹੈ ਤੇ ਮੁਕੰਮਲ ਅਗਰ ਗੇਅਰ ਲਈਏ ਤਾਂ ਬਹੁਤ ਮਹਿੰਗਾ ਹੈ ਗੇਅਰ ਬਹੁਤ ਮਹਿੰਗਾ ਹੈਗਾ ਠੀਕ ਹੋ ਗਿਆ ਅੱਧੀ ਕੀਮਤ 'ਚ ਕਿੱਟ ਪੈ ਜਾਏਗੀ ਚਲੋ ਠੀਕ ਹੋ ਗਿਆ ਸਰ